ਇਲੈਕਸ਼ਨ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਤੇ ਸਫ਼ਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਟੋਲ ਪਲਾਜ਼ਿਆਂ ਦੇ ਰੇਟ ਅੱਜ ਤੋਂ ਵਧਾ ਦਿੱਤੇ ਗਏ ਨੇ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਜਾਰੀ ਨਵੀਂ ਰੇਟ ਲਿਸਟ ਦੇ ਵਿੱਚ ਲਗਭਗ 5% ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਸਾ ਮਾਨਸਾ ਦੇ ਟੋਲ ਪਲਾਜ਼ੇ ਦੇ ਮੈਨੇਜਰ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ 1 ਅਪ੍ਰੈਲ ਤੋਂ ਵੱਧ ਜਾਣਾ ਸੀ, ਪਰ ਇਲੈਕਸ਼ਨ ਦੇ ਕਾਰਨ ਟੋਲ ਅੱਜ ਵਧਾਇਆ ਜਾ ਰਿਹਾ ਹੈ। ਉੱਥੇ ਇਸ ਵਧੇ ਟੋਲ ਦੇ ਕਾਰਨ ਲੋਕਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਜਦੋਂ ਅਸੀਂ ਟੋਲ ਤੋਂ ਲੰਘਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ ਬਹੁਤ ਮਹਿੰਗੇ ਟੋਲ ਪਲਾਜ਼ੇ ਹਨ ਅਤੇ ਜੇਕਰ ਇਹਨਾਂ ਨੂੰ ਹੋਰ ਵਧਾ ਦਿੱਤਾ ਜਾਵੇਗਾ ਤਾਂ ਇਸ ਨਾਲ ਆਮ ਲੋਕਾਂ ਦੇ ਉੱਤੇ ਕਾਫੀ ਪ੍ਰਭਾਵ ਪਵੇਗਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਟੋਲ ਦਰਾਂ 5 ਤੋਂ 7 ਸਾਲ ਦੇ ਵਿੱਚ 1 ਵਾਰ ਵੱਧਦੀਆਂ ਸਨ, ਪਰ ਹੁਣ ਇਹ ਟੋਲ ਦਰਾਂ ਲਗਭਗ ਹਰ ਸਾਲ ਰੀਨਿਊ ਕੀਤੀਆਂ ਜਾ ਰਹੀਆਂ ਹਨ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਇਹ ਆਮ ਲੋਕਾਂ ਦੀ ਜੇਬ ਉੱਤੇ ਪ੍ਰਭਾਵ ਪਾਵੇਗਾ ਜਾਂ ਨਹੀਂ। ਦੇਖੋ, ਗੱਲ ਇਸ ਤਰ੍ਹਾਂ ਕਿ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਟੋਲ ਪਲਾਜ਼ਾ ਰੇਟ ਪਹਿਲਾਂ ਹੀ ਬਹੁਤ ਜ਼ਿਆਦਾ, ਜਿਹੜੇ ਆਮ ਗਰੀਬ ਲੋਕ ਹੈ, ਕਿਸਾਨ ਲੋਕ ਹੈ, ਆਮ ਜਿਹੜੇ ਛੋਟੇ ਮੀਡੀਅਮ ਕਲਾਸ ਦੇ ਲੋਕ ਹੈ, ਉਹਨਾਂ ਦੇ ਬਹੁਤ ਪਏਗਾ। ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਰੇਟ ਜਿਹੜੇ ਹੈ ਪਹਿਲਾਂ ਬਹੁਤ ਜ਼ਿਆਦਾ, ਇਹਨਾਂ ਨੂੰ ਕੰਟਰੋਲ ਕਰਨ, ਇਹਨਾਂ ਨਾਲ ਗੱਲ ਕਰਕੇ ਆਪਣਾ ਤਾਂ ਸਾਰੇ ਬੰਦ ਹੀ ਹੋਣੇ ਚਾਹੀਦੇ ਹੈ, ਬਹੁਤ ਪੁਰਾਣੇ ਹੈ ਅਤੇ ਮੇਰੇ ਹਿਸਾਬ ਦਾ ਕੰਮ ਗਲਤ ਹੈ। ਜਿਵੇਂ ਮਾਨਸਿਕਾਂ ਨੇ ਅੱਗੇ ਬੰਦ ਕੀਤੇ ਆ, ਬੰਦ ਨਹੀਂ ਵੀ ਕਰਨੇ ਤਾਂ ਥੋੜ੍ਹਾ ਰੇਟ ਦੀ ਜੈਨੂਨ ਕਰਨਾ, ਜੋ ਲੋਕਾਂ ਵਾਜਬ ਹੈ, ਜੋ ਆਪਾਂ ਦੇ ਸਕਦੇ ਹਾਂ। ਅਤੇ ਜਿਹੜਾ ਹੁਣ ਮਤਲਬ ਇੱਕ ਗਰੀਬ ਆਦਮੀ ਮਾੜੀ ਜਿਹੀ ਗੱਡੀ ਛੋਟੀ ਰੱਖੀ ਹੈ, ਉਹ ਕਿੱਥੋਂ ਦੇ ਕਹਿੰਦਾ ਪੈਸੇ, ਜਿਹਨੇ 2-4 ਗੇੜੇ ਲੱਗਣੇ ਆ, ਅਤੇ ਬਹੁਤ ਗਲਤ ਕੰਮ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਵੀ ਇਹਦਾ ਕੰਟਰੋਲ ਕਰੋ ਅਤੇ ਨਹੀਂ ਵਧਣੇ ਚਾਹੀਦੇ ਰੇਟ। ਰੇਟ ਵੱਧ ਰਹੇ, ਟੋਲ ਦੇ ਰੇਟ ਵਧਣੇ ਨਹੀਂ ਚਾਹੀਦੇ ਨਾ, ਗਲਤ ਹੈਗਾ ਨਾ, ਮਹਿੰਗਾਈ ਵੀ ਵੱਧ ਰਹੀ, ਟੋਲ ਵੀ ਵੱਧ ਰਿਹਾ, ਕਦ ਤੱਕ ਚੱਲੇਗਾ? सर, ये जो रेट हैं ये 1 अप्रैल को बढ़ना था, लेकिन कोर्ट ऑफ कंटम के चलते, आचार संहिता के चलते ये रेट 1 अप्रैल को नहीं बढ़े, तो ये 3 तारीख को बढ़ रहा है। इसकी बढ़ोतरी 3 से 5% के बीच में है नए रेट की, वो 3 जून से रात में लागू हो रहा है हर सामान सर टोल प्लाजा में, मतलब पूरे भारत में ही बढ़ रहे हैं नेशनल हाईवे के जितने भी टोल हैं। जितने भी टोल हैं जी जी वो सर पर रेट पर है? हाँ, सब कहीं रेट बढ़ जाएगा आज 3 तारीख को। ठीक है, कितना रेट बढ़ा, कितना? नहीं, ये अलग अलग परसेंटेज के हिसाब से है, हमारे यहाँ तो 3 से 5% के बीच में है, जिसमें कार का 125 पिछले वर्ष भी था, इस बार कार का भी 125 है, उसमें कोई नहीं बढ़ा है। LCV पे 5 रुपये बढ़ा है, ट्रक बस पे 10 रुपये बढ़ा है, और 3XL पे 10 रुपये बढ़े हैं, और 4 से 6XL पे 15 रुपये बढ़े हैं, और अपना जो ओवरसाइज मशीन होती है उसका 20 रुपये बढ़े हैं।